ਉਹ ਭੈਣ ਜੀ ਬਸ ਕੜਿਆ ਜਾ ਆਟਾ ਵੱਧ ਗੁੰਨ ਲਿਓ, ਪੁੱਤ ਤੇ ਇੱਥੇ ਬੈਠਾ ਸੀ, ਲੱਗਦਾ ਹੁਣੇ ਵੀ ਇੱਥੇ ਹੀ ਰਹਿਣਗੇ। ਹਾਂਜੀ ਕੀ ਕਹਿ ਰਹੇ ਸੀ ਤੁਸੀਂ? ਨਹੀਂ ਨਹੀਂ ਭੈਣ ਜੀ, ਅਸੀਂ ਰਹਿਣ ਨਹੀਂ ਆਏ, ਅਸੀਂ ਤਾਂ ਆਪਣੀ ਨੂੰਹ ਤੇ ਪੁੱਤ ਨੂੰ ਲੈਣ ਆਏ ਆ। ਪੁੱਤ ਤੇ ਭਾਵੇਂ ਅੱਜ ਲੈ ਜਾ, ਪਰ ਨੂੰਹ ਤੇ ਕਿਸੇ ਗੱਲ ਨਾਲ ਹੀ ਜਾਊਗੀ। ਗੱਲ ਤਾਂ ਕੋਈ ਭੈਣ ਜੀ ਹੋਈ ਨਹੀਂ, ਹੋਰੇ ਬਿਨਾਂ ਗੱਲ ਤੋਂ ਇੱਥੇ ਆ ਕੇ ਬਹਿ ਗਈ। ਗੁੱਸਾ ਨਾ ਕਰਿਓ ਸਰਦਾਰ ਜੀ, ਸਹੁਰੇ ਗਈ ਕੁੜੀ ਵੀ ਨਾ ਪੇਕੇ ਗੇੜਾ ਮਾਰਦੀ ਆ, ਪਰ ਤੁਹਾਡੇ ਵਾਲਾ ਡੁੰਨ ਜਿਆ ਇੱਕ ਵਾਰ ਇੱਥੇ ਆਇਆ ਮੁੜ ਕੇ ਗਿਆ ਹੀ ਨਹੀਂ। ਦੇਖੋ ਭੈਣ ਜੀ, ਘਰ ਚ ਦੋ ਭਾਂਡੇ ਹੋਣਗੇ ਤਾਂ ਖੜਕਣ ਗਈ, ਜੇ ਜ਼ਿਆਦਾ ਖੜਕੀ ਜਾਣ ਨਾ ਚਿੱਬ ਵੀ ਪੈ ਜਾਂਦੇ ਆ। ਮੈਂ ਨੀ ਚਾਹੁੰਦੀ ਚਿੱਬ ਮੁੜ ਕੇ ਮੈਨੂੰ ਕੱਢਣੇ ਪੈਣ। ਸਭ ਕੁਛ ਤਾਂ ਠੀਕ ਹੈ ਭੈਣ ਜੀ, ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਕੀ ਤਕਲੀਫ ਹੈ। ਭੈਣ ਜੀ ਤਕਲੀਫ ਇੱਕ ਹੋਵੇ ਤੇ ਦੱਸਾਂ, ਨਾ ਕਦੇ ਕੋਈ ਟੂਮ ਛੱਲਾ, ਨਾ ਕਦੇ ਕੋਈ ਲੀੜਾ ਕੱਪੜਾ। ਵਿਆਹ ਤੋਂ ਬਾਅਦ ਅਗਲਾ ਆਪਣੀ ਬਹੂ ਨੂੰ ਦੂਰ ਦੂਰ ਤੱਕ ਘੁਮਾਉਣ ਲੈ ਕੇ ਜਾਂਦਾ, ਆ ਤੁਹਾਡੇ ਵਾਲਾ ਡੁੰਨ ਵੱਟਾ ਕਦੇ ਨੈਣਾ ਦੇਵੀ ਤੱਕ ਨਹੀਂ ਲੈ ਕੇ ਗਿਆ ਮੇਰੀ ਧੀ ਨੂੰ। ਨਹੀਂ ਭਾਈ, ਤੋਰ ਦੇ ਕੁੜੀ ਨੂੰ ਆਪ ਲੈਣ ਆਏ ਨੇ, ਧੀਆਂ ਤਾਂ ਰਾਜੇ ਰਾਣੇ ਨਹੀਂ ਰੱਖ ਸਕੇ, ਤੂੰ ਕਾਹਨੂੰ ਕਮਲ ਕੁੱਟਦੀ ਹੈ? ਅੱਛਾ ਉਹ ਮੇਰੀ ਧੀ ਦਾ ਗਲ ਕੁੱਟੀ ਜਾਣ ਤੇ ਮੈਂ ਕਮਲ ਵੀ ਨਾ ਕੁੱਟਾਂ। ਕਮਲ ਘੋਟਣ ਤੋਂ ਬਿਨਾਂ ਕਦੇ ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰ। ਖਬਰਦਾਰ ਜੇ ਕੋਈ ਮੇਰੀ ਧੀ ਦੇ ਮਾਮਲੇ 'ਚ ਆਇਆ ਤੇ। ਦੇਖੋ ਜੀ, ਜੇ ਇਹਨੂੰ ਲੈ ਕੇ ਜਾਣਾ ਨਾ, ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਭਾਂਡੇ ਵੱਖ ਕਰੋ, ਫਿਰ ਫਸਲ ਦੀ ਸਾਰੀ ਕਮਾਈ ਲਿਆ ਕੇ ਮੇਰੀ ਧੀ ਦੇ ਹੱਥ ਤੇ ਰੱਖੋ, ਖਰਚੇ ਲਈ ਤੁਹਾਨੂੰ ਪੈਸੇ ਇਹ ਦਊਗੀ। ਪੜ੍ਹੀ ਲਿਖੀ ਹੈ ਮੇਰੀ ਧੀ, ਪੜ੍ਹਾਈ ਕੰਮ ਤੇ ਆਵੇ। ਭੈਣ ਜੀ ਐ ਨਾ ਕਰੋ, ਅਗਰ ਤੁਸੀਂ ਵੀ ਤਾਂ ਨੂੰਹ ਵਾਲੇ ਹੋ। ਮੈਨੂੰ ਕੀ ਮੱਤਾਂ ਦੇਣੀ, ਨੂੰਹ ਤਾਂ ਕੀ, ਇੱਥੋਂ ਦਾ ਆਪਣਾ ਪੁੱਤ ਨਹੀਂ ਸਾਂਭਿਆ ਗਿਆ ਜਿਹੜਾ ਡੁੰਨ ਵੱਟਾ ਜਾ ਇੰਨੇ ਚਿਰ ਦਾ ਇੱਥੇ ਆ ਕੇ ਬੈਠਾ ਵਾ ਰੋਟੀਆਂ ਪਾੜਨ ਨੂੰ। ਸ਼ਰਮਾ ਉਹ ਕੁਛ ਤਾਂ ਸ਼ਰਮ ਮੰਨ, ਹੁਣ ਐਸ ਉਮਰੇ ਤੂੰ ਕਿਉਂ ਮੇਰੀ ਦਾੜੀ ਰੋਲਦਾ? ਚੱਲ ਉੱਠ ਧੀਏ, ਤੂੰ ਹੀ ਸਿਆਣੀ ਬਣ, ਚੱਲ ਪੁੱਤ ਚੱਲੀਏ। ਤੁਹਾਡੇ ਨਾਲ ਜਾਂਦੀ ਹੈ ਮੇਰੀ ਜੁੱਤੀ। ਬੜੇ ਬੇਸ਼ਰਮ ਜੇ, ਇੰਨੀ ਬੇਇੱਜ਼ਤੀ ਕਰਾ ਕੇ ਵੀ ਬੈਠੇ ਜੇ। ਉੱਠ ਜਾ ਹੁਣ ਕਿ ਰਿਕਸ਼ਾ ਕਰਾ ਕੇ ਦਵਾਂ ਸਾਲਮ।